ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਅੱਖਾਂ ਤੇ ਪੱਟੀ ਬੰਨ ਸਰਕਸ ਦੇ ਵਿੱਚ ਤਾਂ ਤੁਸੀਂ ਕਰਤੱਵ ਦਿਖਾਉਂਦੇ ਬਹੁਤ ਵੇਖੇ ਹੋਣਗੇ, ਪਰ ਅੱਜ ਤੁਹਾਨੂੰ ਮਿਲਾਵਾਂਗੇ ਇੱਕ ਅਜਿਹੇ ਇਨਸਾਨ ਨਾਲ ਜੋ ਅੱਖਾਂ ਤੇ ਪੱਟੀ ਬੰਨ ਸਮਾਜ ਦੀਆਂ ਬੁਰਾਈਆਂ ਦੂਰ ਕਰਨ 'ਚ ਜੁਟਿਆ ਹੈ। ਜਿਹੜੇ ਕਿ ਘਰ ਦੇ 1100 ਕਿਲੋਮੀਟਰ ਨੂੰ ਇਸਤੇਮਾਲ ਕਰਕੇ 11000 ਦਾ ਬੈਂਡ ਕਰਕੇ ਬਣਾਏ ਨੇ, ਉਹਦੀ ਅੱਖਾਂ ਦੇ ਪੱਟੀ ਬੰਨ ਕੇ ਐਕਚੁਲੀ ਜਿਹੜੀ ਕਲਾ ਹੈ ਉਹ ਨੇਤਰਹੀਨ ਲੋਕਾਂ ਨੂੰ ਸਿਖਾਉਣਾ ਚਾਹੁੰਦਾ, ਅਤੇ ਇਸ ਰਿਗਾਰਡਿੰਗ ਮੈਂ ਖੁਦ ਵੀ ਮਤਲਬ ਅੱਖਾਂ ਦੇ ਪੱਟੀ ਬੰਨ ਕੇ ਕੀ ਡਿਫੀਕਲਟੀ ਜਿਹੜੀ ਉਹਨਾਂ ਨੂੰ ਆ ਸਕਦੀਆਂ ਨੇ, ਉਹਨਾਂ ਨੂੰ ਕਲੀਅਰ ਕਰਨ ਵਾਸਤੇ ਵੱਖ ਵੱਖ ਅੱਖਾਂ ਦੀ ਪੱਟੀ ਬੰਨ ਕੇ ਬਣਾ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹਾਂ ਗੁਰੂ ਪਿਆਰਿਓ, ਤੁਸੀਂ ਅੱਖਾਂ ਤੇ ਪੱਟੀਆਂ ਬੰਨ ਕੇ ਸਰਕਸ ਦੇ ਵਿੱਚ ਕਲਾਬਾਜ਼ੀਆਂ ਕਰਦੇ ਬਹੁਤ ਲੋਕ ਵੇਖੇ ਹੋਣਗੇ, ਮੋਟਰਸਾਈਕਲ ਦੇ ਨਾਲ ਮੌਤ ਦੇ ਖੂਹ ਦੇ ਵਿੱਚ ਅੱਖਾਂ ਤੇ ਪੱਟੀਆਂ ਬੰਨ ਕੇ ਕਰਤੱਵ ਕਰਦੇ ਹੋਏ ਲੋਕ ਬਹੁਤ ਵੇਖੇ ਹੋਣਗੇ, ਪਰ ਪਿਛਲੇ 5 ਸਾਲਾਂ ਤੋਂ ਅੱਖਾਂ ਤੇ ਪੱਟੀ ਬੰਨ ਕੇ ਸਮਾਜ ਦੀਆਂ ਬੁਰਾਈਆਂ ਦੂਰ ਕਰਨ ਵਾਸਤੇ ਅਤੇ ਸਮਾਜਿਕ ਚੇਤਨਾ ਵਧਾਉਣ ਵਾਸਤੇ ਇੱਕ ਨੌਜਵਾਨ ਲਗਾਤਾਰ ਜੁਟਿਆ ਹੋਇਆ ਹੈ। ਇਹ ਹੈ ਰਾਜਪੁਰੇ ਦਾ ਰਹਿਣ ਵਾਲਾ ਅਭਿਸ਼ੇਕ, ਜੋ ਕਿ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਇੱਕ ਖਾਸ ਤਰ੍ਹਾਂ ਦੀ ਪ੍ਰਦਰਸ਼ਨੀ ਜੋ ਕਿ ਸੁਲਤਾਨਪੁਰ ਲੋਧੀ ਵਿਖੇ ਲਗਾਈ ਗਈ ਸੀ, ਉਸ ਕਾਰਨ ਸੁਰਖੀਆਂ ਵਿੱਚ ਆਇਆ ਸੀ, ਜਿਸ ਵਿੱਚ ਉਸਨੇ ਪਰਾਲੀ ਦੇ ਨਾਲ ਕਈ ਤਰ੍ਹਾਂ ਦਾ ਸਜਾਵਟੀ ਸਮਾਨ ਅੱਖਾਂ ਤੇ ਪੱਟੀ ਬੰਨ ਕੇ ਤਿਆਰ ਕਰਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ, ਪਰ ਹੁਣ ਇੱਕ ਵਾਰ ਫਿਰ ਤੋਂ ਇਹ ਸੁਰਖੀਆਂ ਵਿੱਚ ਹੈ। ਕਾਰਨ ਹੈ ਕਿ ਅਭਿਸ਼ੇਕ ਦਾ ਨਾਮ ਹੁਣ ਇੰਡੀਆ ਆਪਣੀ ਖਾਸ ਪ੍ਰਤਿਭਾ ਕਰਕੇ ਇੰਡੀਆ ਬੁੱਕ ਆਫ ਰਿਕਾਰਡਸ ਦੇ ਵਿੱਚ ਦਰਜ ਹੋਇਆ ਹੈ, ਤੇ ਇੱਕ ਵਾਰ ਮੁੜ ਇਸ ਨੇ ਪਰਾਲੀ ਦੇ ਨਾਲ ਕੁਝ ਅਜਿਹਾ ਬਣਾਇਆ ਹੈ ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਗਿਆ। ਇਸ ਵਾਰ ਅੱਖਾਂ ਤੇ ਪੱਟੀ ਬੰਨ ਕੇ ਪਰਾਲੀ ਦੇ ਨਾਲ ਧਾਰਮਿਕ ਚਿੰਨ ਇੱਕ ਓਂਕਾਰ ਦੀ ਅਜਿਹੀ ਸੰਰਚਨਾ ਇਸ ਨੇ ਬਣਾਈ ਕਿ ਹਰ ਕੋਈ ਵੇਖਦਾ ਰਹਿ ਗਿਆ। ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਉਸਨੇ 11000 ਬਾਰ ਘਾਹ ਅਤੇ ਪਰਾਲੀ ਨੂੰ ਮੋੜ ਕੇ ਇਹ ਸੰਰਚਨਾ ਤਿਆਰ ਕੀਤੀ ਹੈ ਅਤੇ ਉਸ ਨੂੰ ਸੁਲਤਾਨਪੁਰ ਲੋਧੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸਮਰਪਿਤ ਕੀਤਾ ਹੈ। ਅਭਿਸ਼ੇਕ ਦੀ ਮੰਨੀਏ ਤਾਂ ਉਹ ਕਈ ਸਾਲਾਂ ਤੋਂ ਇਹ ਕੰਮ ਨੇਤਰਹੀਣ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਕਰ ਰਿਹਾ ਹੈ, ਤਾਂ ਜੋ ਉਹਨਾਂ ਦੀ ਜ਼ਿੰਦਗੀ ਵਿੱਚ ਵੀ ਰੋਸ਼ਨੀ ਦੀ ਇੱਕ ਕਿਰਨ ਭੇਜੀ ਜਾ ਸਕੇ ਅਤੇ ਉਹਨਾਂ ਨੂੰ ਵੀ ਕਿਸੇ ਕਿੱਤੇ ਨਾਲ ਜੋੜਿਆ ਜਾ ਸਕੇ ਤੇ ਭਵਿੱਖ ਵਿੱਚ ਵੀ ਅਭਿਸ਼ੇਕ ਵੱਲੋਂ ਇਹ ਕਾਰਜ ਬਾਦਸਤੂਰ ਜਾਰੀ ਹੀ ਰਹੇਗਾ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਅਭਿਸ਼ੇਕ ਦੇ ਇਸ ਕਦਮ ਦੀ ਕਾਫੀ ਸ਼ਲਾਘਾ ਕੀਤੀ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਤੁਸੀਂ ਸ੍ਰੀ ਓਮਕਾਰ ਸਾਹਿਬ ਦੇਖੇ ਨੇ ਉਹ ਮੈਂ ਬਾਬਾ ਜੀ ਚਰਨ ਦੋ ਧਰਤੀ ਸ੍ਰੀ ਸੁਲਤਾਨਪੁਰ ਲੋਧੀ ਬੀਰ ਸਾਹਿਬ ਦੇ ਬਣਾਇਆ ਹੈਗਾ, ਅਤੇ ਬਾਬਾ ਜੀ ਖੁਦ ਕੁਦਰਤ ਦੇ ਬਹੁਤ ਨੇੜੇ ਸੀ, ਤਾਂ ਮੈਨੂੰ ਬਹੁਤ ਸਾਰੀ ਸੰਗਤ ਨੇ ਵੀ ਮੈਸੇਜ ਲਾਇਆ ਕਿ ਤੁਸੀਂ ਆਪਣੀ ਪ੍ਰਾਚੀਨ ਕਲਾ ਦੇ ਵਿੱਚ ਕੰਮ ਕਰੋ, ਕੋਈ ਇੱਦਾਂ ਦਾ ਉਪਰਾਲਾ ਕਰੋ ਕਿ ਜਿਹੜਾ ਬਾਬਾ ਜੀ ਦੇ ਰਿਲੇਟਿਵ ਵੀ ਹੋਣ, ਕਿਉਂਕਿ ਤੁਸੀਂ ਕੁਛ ਦੇਖਿਆ ਸੀਗਾ ਸੁਲਤਾਨਪੁਰ ਲੋਧੀ ਮੇਰਾ ਐਗਜੀਬਿਸ਼ਨ ਲੱਗਿਆ ਸੀ, ਅਤੇ ਹੁਣ ਮੈਂ ਸ਼੍ਰੀ ਏਕ ਓਂਕਾਰ ਸਾਹਿਬ ਬਣਾਏ ਨੇ ਜਿਹੜੇ ਕਿ ਘਰ ਦੇ 1100 ਕਿਲੋਮੀਟਰ ਨੂੰ ਇਸਤੇਮਾਲ ਕਰਕੇ 11000 ਵਾਰ ਬੈਂਡ ਕਰਕੇ ਬਣਾਏ ਨੇ, ਉਹ ਵੀ ਅੱਖਾਂ ਦੇ ਪੱਟੀ ਬੰਨ ਕੇ, ਅਤੇ ਬਾਬਾ ਜੀ ਦੇ ਵੱਲੋਂ ਮਿਹਰ ਹੈ ਜੀ ਕਿ ਮੈਂ ਇੱਦਾਂ ਦਾ ਗੁਰਦਾ ਉਹਨਾਂ ਨੇ ਬਖਸ਼ਿਆ ਮੈਨੂੰ, ਤਾਂ ਮੈਂ ਉਹਨਾਂ ਨੂੰ ਸਮਰਪਿਤ ਕੀਤੀ ਨੇ ਸ਼੍ਰੀ ਏਕ ਓਂਕਾਰ ਸਾਹਿਬ। ਜਿਸ ਤਰ੍ਹਾਂ ਦੱਸਿਆ ਕਿ ਅੱਖਾਂ ਦੇ ਉੱਪਰ ਪੱਟੀ ਬੰਨ ਕੇ ਉਹਦੀ ਕੋਈ ਖਾਸ ਵਜ੍ਹਾ ਜਿਹੜੀ ਕੀ ਹੈ ਕਿ ਅੱਖਾਂ ਦੇ ਉੱਪਰ ਪੱਟੀ ਬੰਨ ਕੇ ਤੁਸੀਂ ਚੀਜ਼ਾਂ ਤਿਆਰ ਕਰਦੇ? ਐਕਚੁਲੀ ਜਿਹੜੀ ਇਹ ਕਲਾ ਹੈ ਉਹ ਨੇਤਰਹੀਣ ਲੋਕਾਂ ਨੂੰ ਸਿਖਾਉਣਾ ਚਾਹੁੰਦਾ, ਅਤੇ ਇਸ ਰਿਗਾਰਡਿੰਗ ਮੈਂ ਖੁਦ ਵੀ ਮਤਲਬ ਅੱਖਾਂ ਦੀ ਪੱਟੀ ਬੰਨ ਕੇ ਕੀ ਡਿਫੀਕਲਟੀਜ਼ ਜਿਹੜੀ ਉਹਨਾਂ ਨੂੰ ਆ ਸਕਦੀਆਂ ਨੇ ਉਹਨਾਂ ਨੂੰ ਕਲੀਅਰ ਕਰਨ ਵਾਸਤੇ ਮੈਂ ਖੁਦ ਅੱਖਾਂ ਦੀ ਪੱਟੀ ਬੰਨ ਕੇ ਬਣਾ ਲਈ ਹੈ। ਅਤੇ ਮੀਨਜ਼ ਮੇਰਾ ਇੱਕ ਮੋਟਿਵ ਹੈਗਾ ਕਿ ਪੰਜਾਬ ਦੀ ਧਰਤੀ 'ਤੇ ਜਾਂ ਕਹਿ ਲਓ ਵੀ ਤੁਸੀਂ ਇਤਿਹਾਸ 'ਚ ਵੀ ਝਾਕੀ ਮਾਰੋ, ਕਿਸੇ ਵੀ ਕਲਾਕਾਰ ਨੇ ਨੇਤਰਹੀਣ ਲੋਕਾਂ ਨੂੰ ਕੋਈ ਇੱਦਾਂ ਦੀ ਸ਼ਿਲਪ ਕਲਾ ਹਜੇ ਤੱਕ ਨਹੀਂ ਸਿਖਾਈ, ਅਤੇ ਕੋਸ਼ਿਸ਼ ਕਰ ਰਹੇ ਕਿ ਪੰਜਾਬੀ ਧਰਤੀ 'ਤੇ ਇਤਿਹਾਸ ਨੂੰ ਉੱਤੇ ਜਾ ਸਕੇ। ਜਿਹੜਾ ਇੱਕ ਓਂਕਾਰ ਤੁਸੀਂ ਬਣਾਇਆ ਸਪੈਸ਼ਲ ਇਸ ਚੀਜ਼ ਦਾ ਬਣਿਆ ਤਾਂ ਪੂਰਾ ਇਹਦੇ ਬਾਰੇ ਆਪਾਂ ਜਾਣਕਾਰੀ ਦਿੱਤੀ ਤਾਂ ਜੀ, ਜਿਹੜਾ ਤੁਸੀਂ ਸ਼੍ਰੀ ਓਂਕਾਰ ਸਾਹਿਬ ਦੇਖ ਰਹੇ ਨੇ ਕੁਦਰਤੀ ਘਾਹ ਤੋਂ ਬਣਿਆ, ਅਤੇ ਕੁਦਰਤ ਤੋਂ ਬਣਿਆ ਅਤੇ ਕੁਦਰਤ ਨੂੰ ਹੀ ਸਮਰਪਿਤ ਹੈ, ਯਾਨੀ ਕਿ ਉਸ ਭਗਵਾਨ ਨੂੰ ਸਮਰਪਿਤ ਹੈ ਜਿਹਦੇ ਬਣਾਏ ਹੋਏ, ਅਤੇ ਕੁਦਰਤ ਦੇ ਮਿਲੇ ਹੋਏ ਜਿਹੜੇ ਕੁਦਰਤੀ ਘਾਹ ਉਸ ਤੋਂ ਬਣੇ।
ਸਤਿ ਸ਼੍ਰੀ ਅਕਾਲ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਅਤੇ ਪਵਿੱਤਰ ਧਰਤੀ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਵਿਖੇ ਅਭਿਸ਼ੇਕ ਚੌਹਾਨ ਜੀ ਵੱਲੋਂ ਜੋ ਕੁਦਰਤੀ ਘਾਹ ਦੇ ਨਾਲ ਇੱਕ ਓਂਕਾਰ ਤਿਆਰ ਕੀਤਾ ਗਿਆ, ਇਹ ਬਹੁਤ ਹੀ ਇਹਨਾਂ ਦਾ ਇੱਕ ਵਧੀਆ ਅਤੇ ਸਲਾਹਯੋਗ ਉਪਰਾਲਾ ਹੈ। ਜੋ ਕੁਦਰਤੀ ਚੀਜ਼ਾਂ ਦੇ ਨਾਲ ਇਹ ਕਲਾਕ੍ਰਿਤੀ ਕਰਕੇ ਇੱਕ ਬਹੁਤ ਹੀ ਧਾਰਮਿਕ ਚਿੰਨ੍ਹ ਇਹਨਾਂ ਨੇ ਜਿਹੜਾ ਤਿਆਰ ਕੀਤਾ ਵਾ, ਜਿਸ ਦੇ ਵਿੱਚ 11,000 ਵਾਰ ਇਹਨਾਂ ਨੇ ਘਾਹ ਨੂੰ ਮੋੜ ਕੇ ਅਤੇ ਤਿਆਰ ਕੀਤਾ ਗਿਆ ਵਾ। ਇਹ ਅਜਿਹੀਆਂ ਕਲਾਕ੍ਰਿਤੀਆਂ ਇਹ ਸਾਡੇ ਨਾਲ ਕੁਝ ਸਮਾਂ ਪਹਿਲਾਂ ਸ਼ਤਾਬਦੀ ਸਮਾਗਮਾਂ ਦੇ ਵਿੱਚ ਵੀ ਸਾਨੂੰ ਮਿਲ ਕੇ ਗਏ ਸੀਗੇ, ਉਦੋਂ ਵੀ ਇਹਨਾਂ ਨੇ ਕਲਾਕ੍ਰਿਤੀਆਂ ਜਿਹੜੀਆਂ ਧਾਰਮਿਕ ਕਾਫੀ ਬਣਾਈਆਂ ਸੀਗੀਆਂ। ਇਹਨਾਂ ਦਾ ਇੱਕ ਬਹੁਤ ਹੀ ਵਧੀਆ ਜਿਹੜਾ ਵਾ ਇਹ ਸਲਾਹਯੋਗ ਕਦਮ ਹੈ, ਜੋ ਕੁਦਰਤੀ ਚੀਜ਼ਾਂ ਦੇ ਨਾਲ ਜਿਵੇਂ ਪਰਾਲੀ ਦੇ ਨਾਲ, ਘਾਹ ਦੇ ਨਾਲ ਜਾਂ ਹੋਰ ਘਾਹ ਨਾਲ ਸੰਬੰਧਿਤ ਕਈ ਚੀਜ਼ਾਂ ਦੇ ਨਾਲ ਜੋ ਕਲਾਕ੍ਰਿਤੀਆਂ ਕਰ ਰਹੇ ਨੇ, ਇਹ ਬਹੁਤ ਹੀ ਵਧੀਆ ਚੀਜ਼ਾਂ ਨੇ ਜੋ ਕੁਦਰਤ ਨੂੰ ਵੀ ਕੁਦਰਤੀ ਚੀਜ਼ਾਂ ਨੇ ਤਾਂ ਕੁਦਰਤ ਵੀ ਇਹਨਾਂ ਚੀਜ਼ਾਂ ਤੋਂ ਮਤਲਬ ਵੀ ਸੰਤੁਸ਼ਟ ਹੈ, ਖੁਸ਼ ਹੈ। ਮੈਂ ਵੀ ਇਹਨਾਂ ਨੂੰ ਇੱਕ ਇਹ ਕਲਾਕ੍ਰਿਤੀ ਤਿਆਰ ਕਰਨ 'ਤੇ ਵਧਾਈ ਵੀ ਦਿੰਦਾ ਹਾਂ ਕਿ ਇਹਨਾਂ ਨੇ ਬਹੁਤ ਹੀ ਵਧੀਆ ਜੋ ਉਪਰਾਲਾ ਕੀਤਾ ਵਾ। ਫਿਰ ਸਭ ਤੋਂ ਵੱਡੀ ਗੱਲ ਇਹ ਆ ਕਿ ਇਹਨਾਂ ਨੇ ਅੱਖਾਂ 'ਤੇ ਪੱਟੀ ਬੰਨ੍ਹ ਕੇ ਇਹ ਕਾਰਜ ਕੀਤਾ ਵਾ। ਮੈਂ ਸੋਚਦਾ ਵਾਂ ਵੀ ਕੋਈ ਵੀ ਕਾਰਜ ਕਰਨ ਲੱਗਿਆਂ ਕਈ ਵਾਰੀ ਆਪਾਂ ਨੂੰ ਦੇਖਦੇ ਹੋਇਆ ਵੀ ਕਈ ਉਲਟਾਈਆਂ ਰਹਿ ਜਾਂਦੀਆਂ ਨੇ, ਫਿਰ ਵੀ ਇਹਨਾਂ ਨੇ ਜਿਹੜੀ ਅੱਖਾਂ 'ਤੇ ਪੱਟੀ ਬੰਨ੍ਹ ਕੇ ਇਹ ਕਲਾਕ੍ਰਿਤੀ ਦਿਖਾਈ ਆ, ਇਹ ਇੱਕ ਵੱਖਰੀ ਚੀਜ਼ ਦੁਨੀਆ ਨੂੰ ਉਹਨਾਂ ਨੇ ਪੇਸ਼ ਕਰਕੇ ਦੱਸੀ ਆ। ਅਤੇ ਮੈਂ ਵਾਹਿਗੁਰੂ ਦੇ ਕੜੀ ਅਰਦਾਸ ਕਰਦਾ ਵਾਂ ਕਿ ਇਹ ਜਿੰਨੀ ਵੀ ਕਲਾਕ੍ਰਿਤੀ ਕਰ ਰਹੇ ਆ, ਜੋ ਵੀ ਕਰ ਰਹੇ ਆ, ਇਹ ਸਭ ਵੱਧ ਤੋਂ ਵੱਧ ਗੁਰੂ ਮਹਾਰਾਜ ਨੂੰ ਸਮਰਪਿਤ ਹੀ ਅਜਿਹੀਆਂ ਚੀਜ਼ਾਂ ਤਿਆਰ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ, ਕੰਮ ਕੋਈ ਵੀ ਹੋਵੇ ਅਗਰ ਅਸੀਂ ਮਨ ਨਾਲ ਲਗਨ ਨਾ ਕਰੀਏ ਤਾਂ ਹੋ ਹੀ ਨਹੀਂ ਸਕਦਾ ਕਿ ਉਹ ਕੰਮ ਕਦੇ ਅਧੂਰਾ ਰਹਿ ਜਾਵੇ, ਅਤੇ ਉਸ ਕੰਮ ਨੂੰ ਤਾਂ ਪਰਮਾਤਮਾ ਆਪ ਅੰਗ ਸੰਗ ਸਹਾਈ ਹੋ ਕੇ ਸਾਨੂੰ ਕਰਵਾਉਂਦਾ ਹੈ, ਜੋ ਅਸੀਂ ਕਿਸੇ ਦੀ ਭਲਾਈ ਵਾਸਤੇ ਕਰ ਰਹੇ ਹੋਈਏ ਜਾਂ ਲੁਕਾਈ ਵਾਸਤੇ ਕਰ ਰਹੇ ਹੋਈਏ। ਇਸ ਲਈ ਹਰ ਇਨਸਾਨ ਦਾ ਫਰਜ਼ ਬਣਦਾ ਹੈ ਕਿ ਉਹ ਸਰਬੱਤ ਦੇ ਭਲੇ ਵਾਸਤੇ ਜ਼ਰੂਰ ਕੁਝ ਨਾ ਕੁਝ ਕਾਰਜ ਕਰੇ ਅਤੇ ਹਰ ਕਿਸੇ ਨੂੰ ਪਿਆਰ ਸਤਿਕਾਰ ਦੇਵੇ, ਤਾਂ ਜੋ ਕੋਈ ਵਿਅਕਤੀ, ਚਾਹੇ ਉਹ ਦਿਵਿਆਂਗ ਹੈ ਜਾਂ ਨੇਤਰਹੀਣ ਹੈ, ਉਸਨੂੰ ਅਜਿਹਾ ਮਹਿਸੂਸ ਹੀ ਨਾ ਹੋਵੇ ਕਿ ਉਹ ਇਕੱਲਾ ਹੈ। ਆਮ ਲੋਕਾਂ ਦਾ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸਮਾਂ ਕੱਢ ਕੇ ਅਜਿਹੇ ਲੋਕਾਂ ਵਾਸਤੇ ਵੀ ਕੁਝ ਕਰੀਏ, ਉਹਨਾਂ ਨਾਲ ਵੀ ਜਾ ਕੇ ਕੁਝ ਸਮਾਂ ਬਿਤਾ ਕੇ ਆਈਏ, ਜਿਹਨਾਂ ਨੂੰ ਹਮੇਸ਼ਾ ਇੰਤਜ਼ਾਰ ਰਹਿੰਦਾ ਹੈ ਕਿਸੇ ਆਪਣੇ ਦਾ। ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਗੁਰਬਾਣੀ ਅਖੰਡ ਬਾਣੀ ਵਾਸਤੇ ਕਪੂਰਥਲਾ ਸੁਲਤਾਨਪੁਰ ਲੋਧੀ ਤੋਂ ਉਹ ਨਿਰਮਲ ਸਿੰਘ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।